ਰੈੱਡ ਕਰਾਸ ਸੁਸਾਇਟੀ ਵੱਲੋਂ ਰੈੱਡ ਕਰਾਸ ਭਵਨ ਵਿਖੇ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਅਸਿਸਟੈਂਟ ਕਮਿਸ਼ਨਰ ਅਲਕਾ ਕਾਲੀਆ ਅਤੇ ਅਸਿਸਟੈਂਟ ਕਮਿਸ਼ਨਰ ਸ਼ਿਵਰਾਜ ਸਿੰਘ ਬਲ ਉਚੇਚੇ ਤੌਰ ਤੇ ਮੌਜੂਦ ਸਨ। ਕਈ ਲੋਕਾਂ ਨੇ ਇਸ ਮੌਕੇ ਤੇ ਬਲੱਡ ਡੋਨੇਟ ਕੀਤਾ। ਇਹ ਬਲੱਡ ਡੋਨੇਸ਼ਨ ਕੈਂਪ ਨੌਲੇਜ ਵਿਲਾ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਅਤੇ ਗੁਰੂ ਨਾਨਕ ਦੇਵ ਹੋਸਪਿਟਲ ਦੀ ਬਲੱਡ ਬੈਂਕ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ। ਅੱਜ ਦਾ ਸਾਡਾ ਟਾਰਗੇਟ ਹੈ ਕਿ ਅਸੀਂ 100 ਯੂਨਿਟਸ ਜਿਹੜੇ ਉਹ ਕਲੈਕਟ ਕਰ ਪਾਵਾਂਗੇ। ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ 35 ਯੂਨਿਟਸ ਕਲੈਕਟ ਕਰ ਚੁੱਕੇ ਹਾਂ। ਮੈਂ ਤੁਹਾਡੇ ਨੋਟਿਸ ਵਿੱਚ ਇਹ ਲਿਆਉਣਾ ਚਾਹੁੰਦੀ ਹਾਂ ਕਿ ਜਿਹੜੀ ਗੁਰੂ ਨਾਨਕ ਦੇਵ ਹੋਸਪਿਟਲ ਦੀ ਬਲੱਡ ਬੈਂਕ ਆ, ਇਹ ਹੁਣ ਤੱਕ 1244 ਪੇਸ਼ੈਂਟਸ ਜਿਹੜੇ ਕਿ ਕ੍ਰੋਨਿਕ ਡਿਜ਼ੀਜ਼ ਤੋਂ ਸਫ਼ਰ ਕਰ ਰਹੇ ਸਨ, ਅਗਸਤ ਮੰਥ ਤੱਕ ਇਹਨਾਂ ਨੇ 1244 ਯੂਨਿਟਸ ਬਲੱਡ ਦੇ ਜਿਹੜੇ ਆ ਉਹਨਾਂ ਪੇਸ਼ੈਂਟਸ ਨੂੰ ਫ੍ਰੀ ਪ੍ਰੋਵਾਈਡ ਕੀਤੇ ਨੇ।